ਇੱਕੋ ਹੀ ਤਰੀਕਾ ਹੈ, ਸੌ ਹੱਥ ਰੱਸਾ ਸਿਰੇ ਤੇ ਗੰਢ। ਜਦ ਵੀ ਅਹੰਕਾਰ ਵਾਲੀ ਕੋਈ ਗੱਲ ਆਏ ਤੇ ਇਸ਼ਾਰਾ ਗੁਰੂ ਵੱਲ ਕਰ ਦਿਓ ਵੀ ਮੇਰਾ ਨਹੀਂ ਉਹਦਾ ਹੀ ਹੈ। ਕੋਈ ਸੋਹਣੇ ਕੱਪੜੇ ਪਾਏ ਜੀ, ਉਹ ਕਹਿ ਦਿਓ ਜੀ ਗੁਰੂ ਦੇ ਬਖਸ਼ੇ ਹੋਏ। ਕੋਈ ਇੱਤਰ ਫਲੇਲਾਂ ਲਾਏ, ਇਹ ਤੇ ਗੁਰੂ ਨੇ ਰਹਿਮਤ ਕੀਤੀਆਂ ਜੀ। ਪਰ ਸਤਿਗੁਰ ਰਹਿਮਤ ਕਰਨ, ਗੁਣਾਂ ਦੀ ਖੁਸ਼ਬੂ ਵੀ ਆਏ ਅੰਦਰ। ਹਰ ਚੀਜ਼ ਦਾ ਜਵਾਬ ਬਾਣੀ ਵਿੱਚ ਪਿਆ ਹੈ। ਕੋਈ ਖਾਨ ਮਲੂਕ ਆਖੇ ਤੇ ਕਹਿ ਦਿਓ ਤੂੰ ਸੁਲਤਾਨ, ਇੱਕੋ ਹੀ ਸੁਲਤਾਨ ਹੈ, ਬਾਕੀ ਸਾਰੇ ਇੱਕ ਦਾਤਾ ਸਭ ਜਗਤ ਭੇਖਾਰੀ ਆ। ਵੱਡਾ ਉਹ ਹੈ, ਉਹੀ ਸਰਦਾਰੀਆਂ ਦੇਣ ਵਾਲਾ ਤੇ ਮਾਲਕ ਵੀ ਉਹ ਹੈ। ਜੇ ਦੇ ਰਿਹਾ ਰਹਿਮਤ ਹੈ, ਹੋ ਲਏਗਾ ਤੇ ਫਿਰ ਮੈਂ ਕੀ ਕਰਾਂਗਾ। ਇਹ ਗੱਲ ਬਸ ਮੁੱਕਦੀ ਇੱਥੇ ਹੈ, ਸਾਰੀ ਗੱਲਾਂ ਦੀ, ਸੌ ਗੱਲਾਂ ਦੀ ਇੱਕ ਗੱਲ ਇੱਥੇ ਮੁੱਕੀ ਹੈ ਕਿ ਧਣੀ ਵਿਹੂਣਾ ਪਾਟ ਪਟੰਬਰ ਪਾਹੇ ਸੇਤੀ ਜਾਲੇ, ਧੂੜੀ ਵਿੱਚ ਲੋਡੰਦੜੀ ਸੋਹਾ ਨਾਨਕ ਤੈਸ਼ੈ ਨਾਲੇ। ਨਿਮਰਤਾ ਹੋਏ ਅੰਦਰ ਭਾਵੇਂ ਮਹਿੰਗੇ ਤੋਂ ਮਹਿੰਗੇ ਕੱਪੜੇ ਹੋਣ, ਮਨ ਧੂੜੀ ਵਿੱਚ ਹੋਏ ਸਾਧ ਸੰਗਤ ਦੀ, ਮਨ ਗੁਰੂ ਦੀ ਸ਼ਰਨ ਵਿੱਚ ਹੋਏ, ਗੁਰੂ ਦੇ ਸਮਰਪਣ ਵਿੱਚ ਹੋਏ। ਇਸੀ ਗੱਲ ਨੂੰ ਕਬੀਰ ਸਾਹਿਬ ਦਾ ਹੈ ਗੈ ਬਾਨ ਕਬੀਰ ਹੈ ਗੈ ਬਾਨ ਸਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ, ਉਹਦੇ ਤੇ ਬਰਾਬਰੀ ਵੀ ਨਹੀਂ ਕਰ ਸਕਦੀ। ਪੈਰਾਂ ਦੇ ਉਂਗਲਾਂ ਪੈਰਾਂ ਦੀ ਧੂੜ ਦੇ ਬਰਾਬਰ ਨਹੀਂ ਹੈ ਹਰ ਜਨ ਕੀ ਪਨਿਹਾਰ, ਜਿਹੜਾ ਵਾਹਿਗੁਰੂ ਜੀ ਦੇ ਜਨਾਂ ਦੀ ਸੇਵਾ ਕਰਦੀ ਹੈ। ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ? ਬਈ ਰਾਜੇ ਦੀ ਪਤਨੀ ਨੂੰ ਤੁਸੀਂ ਨਿੰਦਦੇ ਹੋ ਅਤੇ ਉਹ ਗਰੀਬੜੀ ਜੀ ਉਹਨੂੰ ਤੁਸੀਂ ਮਾਣ ਦਿੰਦੇ ਹੋ। ਕਹਿੰਦੇ ਇੱਕੋ ਹੀ ਕਾਰਨ ਹੈ ਕਿਉਂ ਮੈਂ ਗਰੀਬੜੀ ਨੂੰ ਮਾਣ ਦਿੰਦਾ ਅਤੇ ਨ੍ਰਿਪ ਨਾਰੀ ਨੂੰ ਨਿੰਦਦਾ। ਇਹ ਕਾਰਨ ਹੈ ਉਹ ਮਾਂਗ ਸਵਾਰੈ ਵਿਖੈ ਕੀ, ਉਹ ਸਿਮਰੈ ਹਰਿਨਾਮ। ਜਿਹੜੀ ਨ੍ਰਿਪ ਨਾਰੀ ਹੈ ਉਹ ਸੋਹਣੇ ਕੱਪੜੇ ਬਸਤਰ ਸ਼ਸਤਰ ਇਹ ਇੱਤਰ ਫਲੇਲਾਂ ਮੋਤੀਆਂ ਵਾਲਾ ਉਹ ਸਭ ਕੁਛ ਸਿਰਫ ਦਿਖਾਵੇ ਵਾਸਤੇ ਕਰ ਰਹੀ ਹੈ। ਰੱਬ ਦੀ ਭਗਤੀ ਹੋਏ ਅਤੇ ਕਿੰਨੀ ਸੋਹਣੀ ਲੱਗੇ ਉਹ ਪਾ ਕੇ, ਉਹਦੇ ਵਿੱਚ ਹੀ ਸੁਹੱਪਣ ਦਿਸੇਗਾ। ਪਰ ਉਹ ਅਹੰਕਾਰ ਦੀ ਅੱਗ ਦਿਸਦੀ ਹੈ। ਪਾਟ ਪਟੰਬਰ ਪਾਹੇ ਸੇਤੀ ਜਾਲੇ, ਐਂ ਲੱਗਦਾ ਹੈ ਬਲਦਾ ਹੀ ਕੋਈ ਆ ਰਿਹਾ, ਸੜਦੀ ਅੱਗ ਦਾ ਭਾਂਬੜ ਹੀ ਆ ਰਿਹਾ ਅਹੰਕਾਰ 'ਚ। ਪਰ ਇੱਕ ਉਹ ਸਿਮਰੈ ਹਰ ਨਾਮ, ਜਿਹਦੇ ਅੰਦਰ ਨਾਮ ਹੈ ਉਹ ਭਾਵੇਂ ਵੱਧ ਪਾਇਆ ਅਤੇ ਘੱਟ ਪਾਇਆ, ਉੱਥੋਂ ਤੇ ਚਿਮ ਚਿਮ ਵਰਸੈ ਅੰਮ੍ਰਿਤਧਾਰਾ, ਉੱਥੋਂ ਤੇ ਨਾਮ ਦੀ ਵਰਖਾ ਹੀ ਹੁੰਦੀ ਹੈ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਜਿੱਥੇ ਕੋਈ ਹਉਮੈ ਦੀ ਗੱਲ ਦਾ ਤੀਰ ਆਏ ਉੱਥੇ ਗੁਰੂ ਦਾ ਸ਼ਬਦ ਚੇਤੇ ਕਰੋ ਅਤੇ ਹਉਮੈ ਵਿਸਰ ਜਾਏਗੀ। ਗੁਰੂ ਨੂੰ ਚੇਤੇ ਕਰੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਹਾਂ ਦੇ ਸ਼ਾਹ ਨੇ, ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਨੇ, ਬਾਜਾਂ ਵਾਲੇ ਨੇ, ਤਾਜਾਂ ਵਾਲੇ ਨੇ, ਅਸੀਂ ਕੌਣ ਹੈਗੇ? ਸਾਨੂੰ ਸਰਦਾਰੀਆਂ ਉਹਨਾਂ ਨੇ ਦਿੱਤੀਆਂ ਨੇ ਜੀ। ਪ੍ਰੋਫੈਸਰ ਪੂਰਨ ਸਿੰਘ ਦੇ ਚਿਹਰੇ 'ਤੇ ਬੜਾ ਹੀ ਰੌਣਕ ਸੀ। ਸਵੇਰੇ ਵੀ ਬੇਨਤੀ ਕੀਤੀ ਸੀ, ਜਪਾਨ ਤੋਂ ਆਏ ਨਾ ਸਵਾਮੀ ਰਾਮ ਨਾਲ ਸੰਗਤ ਸੀ, ਦੇਹਰਾਦੂਨ ਉਹਨਾਂ ਦੀ ਕੋਠੀ ਸੀ ਜੀ। ਅਤੇ ਦੇਹਰਾਦੂਨ ਦੇ ਵਿੱਚ ਜਦ ਸੁਣਿਆ ਵੀ ਇੱਥੇ ਸਵਾਮੀ ਪੂਰਨ ਵੱਸਦੇ ਨੇ, ਇਕੱਠ ਹੋ ਕੇ ਨਾ ਬਹੁਤ ਸਾਰੇ ਸਾਧੂਆਂ ਦਾ, ਉਹ ਸਵਾਮੀ ਪੂਰਨ ਦੇ ਘਰ ਦੇ ਬਾਹਰ ਬੂਹਾ ਖੜਕਾਉਂਦੇ ਆ ਦੇਹਰਾਦੂਨ। ਬੂਹਾ ਨੌਕਰ ਆਉਂਦਾ ਅਤੇ ਪੁੱਛਦਾ, ਹਾਂਜੀ, ਕਹਿੰਦੇ ਜੀ ਸਵਾਮੀ ਪੂਰਨ ਸੇ ਮਿਲਣਾ। ਕਹਿੰਦੇ ਮੈਂ ਪੁੱਛ ਕੇ ਆਉਂਦਾ ਮਾਲਕ ਨੂੰ। ਉਹ ਪੂਰਨ ਸਿੰਘ ਸਾਹਿਬ ਤੋਂ ਪੁੱਛਿਆ ਅਤੇ ਉਹਨਾਂ ਨੇ ਕਿਹਾ ਬੁਲਾਓ। ਪੂਰਨ ਸਿੰਘ ਨੂੰ ਮਿਲਣ ਗਏ ਉਹ ਹਿੰਦੂ ਸਾਧੂ ਸਾਰੇ ਸਾਹਮਣੇ ਬਹਿ ਗਏ। ਬੜੀ ਦੇਰ ਚੁੱਪ ਛਾਈ ਰਹੀ ਅਤੇ ਇੱਕ ਸਾਧੂ ਉੱਠ ਕੇ ਬੋਲਿਆ, ਪ੍ਰੋਫੈਸਰ ਪੂਰਨ ਜੀ, ਸਵਾਮੀ ਜੀ, ਆਪਕੇ ਚਿਹਰੇ ਪੇ ਇਤਨੀ ਲਾਲੀ ਔਰ ਜਾਹੋ ਜਲਾਲ ਕੈਸਾ, ਬਤਾਓ ਕਿਤਨਾ ਸਿਮਰਨ ਹੈ, ਕਿਤਨਾ ਜਪ ਤਪ ਹੈ? ਇਹ ਜਾਹੋ ਜਲਾਲ, ਇਹ ਲਾਲੀ, ਜਪ ਤਪ ਕੀ ਹੈ, ਕਿਤਨਾ ਹੈ? ਪ੍ਰੋਫੈਸਰ ਪੂਰਨ ਸਿੰਘ ਦਾ ਜਵਾਬ ਬੜਾ ਪਿਆਰਾ ਸੀ। ਕਹਿੰਦੇ ਨਾ ਮੇਰਾ ਜਪ ਹੈ
ਨਾ ਮੇਰਾ ਤਪ ਹੈ ਅਤੇ ਨਾ ਮੇਰਾ ਕੋਈ ਸਿਮਰਨ ਹੈ। ਇਹਨੇ ਫਿਰ ਇਹ ਲਾ ਲਈ, ਕਹਿੰਦੇ ਬਾਦਸ਼ਾਹ ਕੇ ਘਰ ਪੈਦਾ ਹੁਆ ਬੱਚਾ ਰਾਜਾ ਤੋਂ ਬਣਦਾ ਹੀ ਹੈ ਨਾ। ਕਹਿੰਦੇ ਮੇਰਾ ਪਿਓ ਗੁਰੂ ਨਾਨਕ ਹੈ, ਮੈਂ ਉਹਦੇ ਘਰ ਜੰਮਿਆ ਅਤੇ ਉਹਦੇ ਘਰ 'ਤੇ ਪ੍ਰਿੰਸ ਹੀ ਪੈਦਾ ਹੁੰਦਾ, ਉਹਦੇ ਘਰ 'ਤੇ ਬਾਦਸ਼ਾਹ ਦੇ ਘਰ ਵਿੱਚ ਜਿਹੜਾ ਰਾਜਾ ਦੇ ਪਾਤਸ਼ਾਹ ਦੇ ਘਰ ਜੰਮਿਆ ਪੁੱਤਰ ਅਤੇ ਉਹ ਰਾਜਾ ਹੀ ਬਣਦਾ। ਬਸ ਕਹਿੰਦੇ ਮੇਰੇ ਕੋਲ ਆਹੀ ਕੁਛ ਹੈ, ਹੋਰ ਕੁਛ ਨਹੀਂ। ਅਹੰਮ ਦੇ ਤੀਰ ਨੂੰ ਇੱਕ ਖਿੰਚੇ ਮੋੜਨ ਦਾ ਯਤਨ ਅਤੇ ਜੁਗਤ ਇਹ ਵੱਡਿਆਂ ਕੋਲ ਹੈ। ਗੁਰ ਸ਼ਬਦ ਵਿਸਾਰੀ ਗੁਰਮਤ ਜਾਣਿਆ ਹਿਰਦੈ ਮੁਰਾਰੀ, ਗੁਰੂ ਦੀ ਮਤ ਨੇ ਮੁਰਾਰ ਸਾਰਿਆਂ ਨੂੰ ਕਲਾਵੇ 'ਚ ਲੈਣ ਵਾਲਾ, ਜੇ ਅੱਜ ਉਹਨੇ ਦੇ ਤਾ ਤਾਂ ਕੱਲ੍ਹ ਖੋ ਵੀ ਲਏਗਾ, ਰੱਸੀ ਉੱਤੇ ਹੱਥ ਹੈ। ਇਸ ਕਰਕੇ ਰੱਬ ਜੀ ਉਹ ਖਸਮਾ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਜੇ ਦੇ ਰਿਹਾ ਦਾਤ ਹੋ ਮੈਂ ਨਾ ਦਈ, ਬਸ ਰਹਿਮਤ ਕਰੀ, ਡੋਰੀ ਤੇਰੇ ਹੱਥ ਹੈ। ਪ੍ਰਣਵਤ ਨਾਨਕ ਸ਼ਰਨ ਤੁਮਾਰੀ, ਜਿਹੜਾ ਗੁਰੂ ਦੀ ਸ਼ਰਨ ਵਿੱਚ ਮਨ ਨੂੰ ਰੱਖਦਾ ਉਹਨੂੰ ਗੁਰੂ ਰਹਿਮਤਾਂ ਦੇ ਨਾਲ ਨਵਾਜ਼ਦਾ ਤੇ ਹੈ। ਪਰ ਬਾਤਨ ਅਮੀਰੀ ਜ਼ਾਹਿਰ ਫਕੀਰੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰੂ ਨਾਨਕ ਸਾਹਿਬ ਨੇ ਮਾਇਆ ਨਹੀਂ ਤਿਆਗੀ, ਮਾਇਆ ਕਾ ਮੋਹ ਤਿਆਗਿਆ ਥਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦ ਦੇਹਰਾਦੂਨ ਦੀ ਧਰਤੀ ਦੇ ਉੱਤੇ ਇੱਕ ਸਾਧੂ ਨੂੰ ਇਹ ਜਵਾਬ ਦਿੱਤੇ ਸਨ ਕਿ ਤੁਸੀਂ ਕਲਗੀਆਂ ਸਜਾਈਆਂ ਘੋੜੇ ਸੋਹਣੇ, ਮਹਾਰਾਜ ਜੀ ਨੇ ਕਿਹਾ ਫਿਰ ਗੁਰੂ ਨਾਨਕ ਸਾਹਿਬ ਨੇ ਮਾਇਆ ਥੋੜ੍ਹੀ ਤਿਆਗੀ ਹੈ, ਮਾਇਆ ਦਾ ਮੋਹ ਤਿਆਗਿਆ। ਮਾਇਆ ਵਿੱਚ ਹੋ ਕੇ ਵੀ ਜੇ ਕੋਈ ਕਹਿੰਦਾ ਇੰਨਾ ਸਾਰਾ ਕੁਝ, ਕਹਿੰਦੇ ਇਹ ਤਾਂ ਪਿਤਾ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ, ਮੇਰਾ ਕੀ ਹੈ। ਸਤਿਗੁਰ ਰਹਿਮਤ ਕਰਨ, ਸਮੇਂ ਦੀ ਸਮਾਪਤੀ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਹਲੀਮੀ ਆਏ ਸਾਡੇ ਅੰਦਰ ਸਮੇਤ, ਮੇਰੇ ਅਰਦਾਸ ਕਰੀ ਅਸੀਂ ਸਾਰਿਆਂ ਦੀ, ਦਾਤਾਂ ਸਤਿਗੁਰੂ ਜੀ ਰੱਜ ਰੱਜ ਕੇ ਦੇਣ, ਸਭ ਨੂੰ ਨਿਵਾਜਣ, ਪਰ ਸਤਿਗੁਰੂ ਜੀ ਨਾਲ ਸ਼ਬਦ ਦਾ ਭਾਉ ਵੀ ਬਖਸ਼ਣ। ਸਮੁੱਚੇ ਤੌਰ 'ਤੇ